ਸਾਰਾਗੜ੍ਹੀ ਦੀ ਲੜਾਈ ਦੇ 125ਵੇਂ ਵਰੇ ਪੂਰੇ ਹੋਣ ਤੋਂ ਬਾਅਦ ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਕੱਢਿਆ ਗਿਆ ਮਾਰਚ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਸਾਰਾਗੜ੍ਹੀ ਗੁਰਦੁਆਰਾ ਸਾਹਿਬ ਤੱਕ ਪਹੁੰਚਿਆ ਮਾਰਚ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮਾਰਚ ਦੇ ਵਿੱਚ ਲਿਆ ਭਾਗ। ਬ੍ਰਿਟਿਸ਼ ਇੰਡੀਅਨ ਆਰਮੀ ਦੇ 21 ਸਿੱਖਾਂ ਵੱਲੋਂ 10,000 ਤੋਂ ਵੱਧ ਅਫਗਾਨਾਂ ਦਾ ਡੱਟ ਕੇ ਕੀਤਾ ਗਿਆ ਸੀ ਮੁਕਾਬਲਾ। ਅੰਮ੍ਰਿਤਸਰ ਤੋਂ ਵਿਸ਼ਾਲ ਸ਼ਰਮਾ ਦੀ ਰਿਪੋਰਟ, ਲਾਈਵ ਭਾਰਤ। Thank you.